ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖੋਰੇ ਸੱਚ 47 ਦੇ ਬਿਟਰ ਟਰੁਥਸ ਆਫ 1947 ਆਕਾਏ 47 ਔਰ ਵੰਡ ਪੰਜਾਬ ਦੀ ਇਹ ਤਮਾਮ ਟੋਪਿਕ ਜਿਹੜੇ ਨੇ ਜਦੋਂ ਵੀ ਸ਼ੁਰੂ ਹੁੰਦੇ ਨੇ ਜਦੋਂ ਵੀ ਸਾਹਮਣੇ ਆਉਂਦੇ ਨੇ ਦੁੱਖ ਭਰੀਆਂ ਕਹਾਣੀਆਂ ਲੋਕਾਂ ਦੀਆਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ ਕਾਫੀ ਦੇਰ ਹੋ ਗਈ ਅੱਜ ਮੈਂ ਮੌਜੂਦ ਹਾਂ ਪਿੰਡ ਦੋਦਾ ਦੇ ਬਾਹਰ ਔਰ ਦਰਬਾਰ ਸਾਹਿਬ ਕਰਤਾਰਪੁਰ ਪ੍ਰੋਜੈਕਟ ਦੇ ਆਊਟਸਾਈਡ 'ਤੇ ਹਾਂ ਮੈਂ ਆਊਟਲੈਟ 'ਤੇ ਬੈਠਾ ਹੋਇਆ ਵਾਂ ਔਰ ਇੱਥੇ ਕੁਛ ਲੋਕ ਐਸੇ ਨੇ ਜਿਹੜੇ ਕਿ ਮੁਹਾਜਰ ਨੇ ਜਿਹੜੇ ਕਿ ਕਹਿ ਲਵੋ ਤੁਸੀਂ ਕਿ ਈਸਟ ਪੰਜਾਬ ਜਾਂ ਸੈਂਟਰਲ ਇੰਡੀਆ ਦੇ ਕੋਲੋਂ ਉੱਠ ਕੇ ਜਾਂ ਦਿੱਲੀ ਸਰਕਾਰ ਦੇ ਕੋਲੋਂ ਉੱਠ ਕੇ ਜਿਹੜੇ ਸਨ ਮੁਹਾਜਰ ਹੋ ਕੇ ਮੁਸਲਿਮ ਫੈਮਿਲੀਜ਼ ਉਹ ਇੱਥੇ ਆਈਆਂ ਉਹਨਾਂ ਨਾਲ ਕੀ ਭਾਣੇ ਵਰਤੇ ਉਹ ਭਾਣੇ ਤੁਹਾਨੂੰ ਪਤਾ ਹਮੇਸ਼ਾ ਜਿਹੜੇ ਨੇ ਮੇਰੇ ਅਨਕੱਟ ਅਨਐਡਿਟ ਜਿਹੜੇ ਨੇ ਸੱਚ ਉਹ ਸਾਹਮਣੇ ਲੈ ਕੇ ਮੈਂ ਆਉਂਦਾ ਵਾਂ ਅਤੇ ਉਹਨਾਂ ਦੇ ਵਿੱਚ ਇਹ ਪਤਾ ਚੱਲਦਾ ਸਾਨੂੰ ਕਿ ਵੀ ਇਹ ਪਾਕਿਸਤਾਨ ਬਣਨਾ ਕੋਈ ਐਡਾ ਆਸਾਨ ਨਹੀਂ ਸੀ ਜਿਹੜੇ ਲੋਕ ਕਹਿੰਦੇ ਨਾ ਕਿ ਪਾਕਿਸਤਾਨ ਬਹੁਤ ਆਸਾਨੀ ਨਾਲ ਬਣ ਗਿਆ ਵੰਡ ਬੜੇ ਆਸਾਨੀ ਨਾਲ ਹੋ ਗਈ ਉਹਨਾਂ ਲੋਕਾਂ ਨੂੰ ਰੀਅਲਾਈਜ਼ ਕਰਨ ਵਾਸਤੇ ਅਸੀਂ ਪ੍ਰੋਗਰਾਮ ਜਿਹੜਾ ਵਾ ਅਕਸਰ ਮੇਰੇ ਆਲਰੇਡੀ ਤਕਰੀਬਨ ਕੋਈ 80 ਦੇ ਕਰੀਬ ਪ੍ਰੋਗਰਾਮ ਜਿਹੜੇ ਨੇ ਉਹ ਫਲੋਟ ਕਰ ਰਹੇ ਨੇ ਔਰ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਕਿ ਤੁਸੀਂ ਉਹਦੇ 'ਤੇ ਫੀਡਬੈਕ ਵੀ ਦਿੰਦੇ ਹੋ ਜਿਹੜੇ ਲੋਕ ਉਹਨਾਂ ਦੇ ਪਿੰਡਾਂ ਦੇ ਨੇ ਉਹ ਕਹਿੰਦੇ ਨੇ ਕਿ ਸਾਡੀ ਗੱਲ ਕਰਾਓ ਜਾਂ ਉਹ ਤਾਂ ਪੋਸੀਬਲ ਨਹੀਂ ਹੁੰਦਾ ਕਿਉਂਕਿ ਤੁਸੀਂ ਜਦੋਂ ਪ੍ਰੋਗਰਾਮ ਦੇਖਦੇ ਹੋ ਤਾਂ ਉਸ ਵੇਲੇ 6 ਮਹੀਨੇ ਗੁਜ਼ਰ ਚੁੱਕੇ ਹੁੰਦੇ ਨੇ 5 ਮਹੀਨੇ ਗੁਜ਼ਰ ਚੁੱਕੇ ਹੁੰਦੇ ਨੇ ਤਾਂ ਸੋ ਉਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਸੋ ਪਲੀਜ਼ ਤੁਸੀਂ ਉਹਦੇ 'ਤੇ ਉਸ ਵੇਲੇ ਨਾ ਲਿਖਿਆ ਕਰੋ ਕਿਉਂਕਿ ਮੈਂ 8 ਘੰਟੇ ਦੂਰ 6 ਘੰਟੇ ਦੂਰ ਡਰਾਈਵ ਕਰਕੇ ਜਦੋਂ ਅਚਾਨਕ ਮੈਨੂੰ ਚੀਜ਼ਾਂ ਮਿਲਦੀਆਂ ਨੇ ਅਤੇ ਉਹ ਬਿਟਰ ਟੋਸਟ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਣਾ ਵਾਂ ਠੀਕ ਹੈ ਜੀ ਅਤੇ ਗੱਲ ਕਰਦੇ ਹਾਂ ਜੀ ਸਾਡੇ ਨਾਲ ਬਜ਼ੁਰਗ ਨੇ ਮੈਂ ਤਾਂ ਹਾਲੇ ਤੱਕ ਉਹਨਾਂ ਦਾ ਖੁਦ ਨਾਮ ਵੀ ਨਹੀਂ ਪੁੱਛਿਆ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ ਬਾਬਾ ਜੀ ਕੀ ਨਾਮ ਆ ਜੁੰਮਨ ਜੀ ਜੀ ਜੁੰਮਨ ਜੁੰਮਨ ਹਾਂ ਜੀ ਅਤੇ ਤੁਸੀਂ ਕਿੱਥੋਂ ਆਏ ਸੀ ਅਸੀਂ ਇੰਡੀਆ ਤੋਂ ਆਏ ਸੀ ਸਕਤਪੁਰ ਕੈਮਰੇ ਵੱਲ ਦੇਖੋ ਕੈਮਰੇ ਵੱਲ ਕਿਹੜਾ ਸਕਤਪੁਰ ਗਾਮ ਹੈ ਅੱਛਾ ਜੀ ਕਿਹੜੇ ਜ਼ਿਲ੍ਹੇ 'ਚ ਪੈਂਦਾ ਗੁੜਗਾਵਾਂ ਜ਼ਿਲ੍ਹਾ ਗੁੜਗਾਵਾਂ ਹਾਂ ਜੀ ਅਤੇ ਕਿੰਨੀ ਉਮਰ ਸੀ ਤੁਹਾਡੀ ਉਸ ਵੇਲੇ ਉਸ ਵੇਲੇ ਹੈ ਸੀ 9-10 ਸਾਲ 9-10 ਸਾਲ ਸੀ ਅਤੇ ਕਿੰਨੀ ਉੱਥੇ ਤੁਹਾਡਾ ਘਰ ਬਾਰ ਕਿੰਨਾ ਕੁ ਸੀ ਪਿੰਡ ਦੇ ਵਿੱਚ ਕਿੱਥੇ ਕਰਕੇ ਤੁਹਾਨੂੰ ਕੁਝ ਯਾਦ ਹੋਵੇ ਥੋੜ੍ਹਾ ਜਿੰਨਾ ਘਰ ਬਾਰ ਜ਼ਿਮੀਂਦਾਰ ਆਏ ਸੀ ਮੁਰੱਬਾ ਸੀ ਦੋ ਭਰਾ ਸਨ ਸਾਡਾ ਬਹੁਰੀ ਜੀ ਜੀ ਅਤੇ ਮੁਰੱਬਾ ਸੀ ਅੱਛਾ ਜੀ ਹਾਂ ਜੀ ਅਤੇ ਜਿਹਦੇ ਵਿੱਚੋਂ ਸਾਡਾ ਚਾਚਾ ਉੱਥੇ ਰਹਿ ਗਿਆ ਸੀ ਅਤੇ ਅਸੀਂ ਪਾਕਿਸਤਾਨ ਆ ਗਏ ਹਾਂ ਕਦੀ ਗੱਲ ਹੋਈ ਚਾਚੇ ਹੋਰਾਂ ਨਾਲ ਨਹੀਂ ਚਾਚੇ ਨਾਲ ਤਾਂ ਨਹੀਂ ਹੋਈ ਭਤੀਜੇ ਨਾਲ ਹੋਈ ਅੱਛਾ ਹਾਂ ਅਤੇ ਪਿੰਡ ਦਾ ਕੀ ਨਾਮ ਤੁਸੀਂ ਜ਼ਰਾ ਦੁਬਾਰਾ ਦੱਸਿਓ ਸਕਤਪੁਰ ਸਕਤਪੁਰ ਹਾਂ ਜੀ ਕਦੀ ਪਿੰਡ ਦੀ ਯਾਦ ਆਈ ਹਾਂ ਜੀ ਯਾਦ ਤਾਂ ਆਦ ਸੀ ਪਿੰਡ ਦੀ ਯਾਦ ਤੋਂ ਯਾਦ ਸੀ ਪਿੰਡ ਯਾਦ ਆਉਂਦਾ ਕੀ ਪਿੰਡ ਦਾ ਖਾਸ ਕਰਕੇ ਕੀ ਯਾਦ ਆਉਂਦਾ ਆਪਣੇ ਪਿੰਡ ਦਾ ਪਿੰਡ ਦਾ ਇਹੋ ਜਿਹਾ ਆਉਂਦਾ ਆਪਣੇ ਮਕਾਨ ਯਾਦ ਆਉਂਦੇ ਨੇ ਅਤੇ ਜਦੋਂ ਇੱਕ ਦੂਸਰੇ ਉੱਤੇ ਉੱਤੇ ਪਿੰਡ ਚੜ੍ਹਦੇ ਸਨ ਜੀ ਚੜਾਈਆਂ ਕਰਦੇ ਸਨ ਉਦੋਂ ਫੌਜ ਤਾਂ ਹੈਗੀ ਸੀ ਪਿੰਡ ਇੱਕ ਦੂਸਰੇ ਉੱਤੇ ਚੜ੍ਹਦੇ ਸਨ ਜੀ ਉਧਰੋਂ ਉੱਧਰ ਹੀ ਸਾੜਦੇ ਸਨ ਪਿੰਡਾਂ ਨੂੰ ਕੁੱਲੀਆਂ ਸਨ ਹੇਠਾਂ ਕੰਧਾਂ ਕੱਢੀਆਂ ਸੀ ਉੱਤੇ ਕੱਠ ਦੀਆਂ ਕੁੱਲੀਆਂ ਸਨ ਇੱਕ ਥਾਂ ਗਲਾ ਸੜਦੇ ਰਹੇ ਨੇ ਪੂਰਾ ਪਿੰਡ ਹੀ ਸੜਦਾ ਰਿਹਾ ਹਾਂ ਜੀ ਅਤੇ ਤੁਸੀਂ ਜਦੋਂ ਐਲਾਨ ਹੋ ਗਿਆ ਕਿ ਵੀ ਪਾਕਿਸਤਾਨ ਬਣਨ ਲਈ ਜਾ ਰਿਹਾ ਹੈ ਅਤੇ 3 ਦਿਨ ਪਹਿਲੇ ਲੋਕਾਂ ਨੇ ਘਰ ਬਾਰ ਛੱਡਣੇ ਸ਼ੁਰੂ ਕਰ ਦਿੱਤੇ ਸੀ ਹਾਂਜੀ ਅਤੇ ਤੁਸੀਂ ਤਾਂ ਉਸ ਵੇਲੇ ਬੱਚੇ ਹੋਵੋਗੇ ਛੋਟੇ ਜਿਹੇ ਹਾਂਜੀ ਛੋਟੇ ਜਿਹੇ ਅਤੇ ਛੋਟਾ ਬੱਚਾ ਤਾਂ ਕਿਸੇ ਨੂੰ ਘਰੋਂ ਬਾਹਰ ਕੱਢੋ ਅਤੇ ਬੱਚਾ ਤਾਂ ਵੈਸੇ ਹੀ ਰੋਣ ਲੱਗ ਪੈਂਦਾ ਬਿਲਕੁਲ ਅਤੇ ਮਨ ਤਾਂ ਖਰਾਬ ਹੋਇਆ ਹੋਏਗਾ ਉਸ ਵੇਲੇ ਹਾਂਜੀ ਮਨ ਤਾਂ ਕਿਉਂ ਨਹੀਂ ਖਰਾਬ ਹੋਤਾ ਮਨ ਤਾਂ ਹੋਤਾ ਹੀ ਜਦ ਆਪਣਾ ਗਾਮ ਛੋੜ ਕੇ ਜਾਏ ਕਹੀਂ ਤਾਂ ਮਨ ਤਾਂ ਖਰਾਬ ਹੋਤਾ ਹੈ ਅਤੇ ਕੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦਿੰਦੇ ਹੋ ਕਿ ਵੀ ਪਾਕਿਸਤਾਨ ਤਾਂ ਬਣ ਗਿਆ ਅੱਜ ਦੀ ਪੀੜ੍ਹੀ ਨਾਲ ਪਹਿਲਾਂ ਵੀ ਇੱਥੇ ਦੁੱਖ ਸੁੱਖ ਨਾਲ ਹੀ ਰਹਿੰਦੇ ਸਨ ਵਿਹਲਾ ਹੁੰਦਾ ਸੀ ਇੱਥੇ ਅਤੇ ਵਾਣ ਸਾਣ ਵੱਟਦੇ ਸਨ ਅਤੇ ਹੁਣ 2-4 ਸਾਲਾਂ ਤੋਂ ਕੁਛ ਹੋਣ ਲੱਗੇ ਫਸਲ ਹੁਣ ਜੀ ਇੰਨਾ ਖੋਲ ਲਈ ਜਿਹੜਾ ਕੋਰੀਡੋਰ ਦਾ ਆ ਗਿਆ ਹਾਂਜੀ ਠੀਕ ਅਤੇ ਤੁਸੀਂ ਦੱਸਿਆ ਜਿਸ ਤਰ੍ਹਾਂ ਕਿ ਦੋ ਮੁਰੱਬਾ ਜ਼ਮੀਨ ਸੀ ਅਤੇ ਉਹਦੇ 'ਤੇ ਤੁਹਾਡੇ ਹੁਣ ਚਾਚੇ ਦੇ ਪੁੱਤਰ ਬੈਠੇ ਨੇ ਉੱਥੇ ਹਾਂਜੀ ਕਦੀ ਗਏ ਮਿਲਣ ਲਈ ਤੁਸੀਂ ਨਹੀਂ ਅਸੀਂ ਕੀਤਾ ਸੀ ਅਸਾਂ ਕੋਈ ਖਰਚਾ ਕੋਈ 30-35,000 ਰੁਪਇਆ ਖਰਚਾ ਲਿਆ ਸੀ ਜਾਈਏ ਇਸਲਾਮਾਬਾਦ ਅਤੇ ਉਹ ਬਸ ਇਸ ਤਰ੍ਹਾਂ ਕਦੇ ਉੱਥੋਂ ਫਲਾਣੀ ਚੀਜ਼ ਮੰਗਾਓ ਫਲਾਣੀ ਸ਼ਹਿਰ ਮੰਗਾਓ ਬਸ ਇਸ ਤਰ੍ਹਾਂ ਟਰਕਾਉਂਦੇ ਰਹੇ
ਨਹੀਂ ਵੀਜ਼ਾ ਲਵਾਇਆ ਨਹੀਂ ਵੀਜ਼ਾ ਦਿੱਤਾ ਨਹੀਂ ਵੀਜ਼ਾ ਦਿੱਤਾ ਦੇਖੋ ਜੀ ਵੀਜ਼ੇ ਦੀ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਸਾਰੇ ਦੋਸਤ ਮੈਨੂੰ ਕਹਿੰਦੇ ਨੇ ਕਿ ਸਾਡਾ ਵੀਜ਼ਾ ਜਿਹੜਾ ਪਾਕਿਸਤਾਨ ਦਾ ਨਹੀਂ ਲੱਗਦਾ ਤੁਸੀਂ ਇਹ ਦੇਖੋ ਕਿ ਇੰਡੀਆ ਅੰਬੈਸੀ ਵੀ ਇਹਨਾਂ ਨੂੰ ਵੀਜ਼ਾ ਨਹੀਂ ਦਿੰਦੀ ਹੈ ਹਾਲਾਂਕਿ ਇਹ ਨੇਟਿਵ ਬਾਏ ਬਰਥ ਜਿਹੜੇ ਨੇ ਇੰਡੀਆ ਤੋਂ ਨੇ ਆਪਣਾ ਘਰ ਵੀ ਦੇਖਣਾ ਚਾਹੁੰਦੇ ਨੇ ਆਪਣੀ ਮਿੱਟੀ ਨੂੰ ਜਾ ਕੇ ਛੂਹਣਾ ਚਾਹੁੰਦੇ ਨੇ ਲੇਕਿਨ ਗੱਲ ਉਹੀ ਆ ਜਾਂਦੀ ਹੈ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਅਤੇ ਗੱਲ ਹੋਵੇ ਕਿ ਮਿੱਟੀ ਨੂੰ ਉੱਧਰ ਵੀ ਲੋਕ ਰੋਂਦੇ ਨੇ ਅਤੇ ਮਿੱਟੀ ਨੂੰ ਲੋਕ ਇੱਧਰ ਵੀ ਰੋਂਦੇ ਨੇ ਅਤੇ ਰਿਕੁਐਸਟ ਹੈ ਦੋਨਾਂ ਗੌਰਮੈਂਟਸ ਤੋਂ ਕਿ ਵੀ ਵੀਜ਼ਾ ਪੋਲਿਸੀ ਜਿਹੜੀ ਹੈ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਬਰਥ ਜਿਹੜੀ ਹੈ ਜਾਂ ਇੱਧਰ ਦੀ ਹੈ ਜਾਂ ਉੱਧਰ ਦੀ ਹੈ ਉਹਨਾਂ ਵਾਸਤੇ ਪੋਲਿਸੀ ਜਿਹੜੀ ਹੈ ਕੋਈ ਥੋੜ੍ਹੀ ਜਿੰਨੀ ਆਸਾਨ ਕਰਨੀ ਚਾਹੀਦੀ ਹੈ ਅਤੇ ਬਾਬਾ ਜੀ ਅਗਰ ਜੇ ਹੁਣ ਅਗਰ ਵੀਜ਼ਾ ਲੱਗ ਜਾਂਦਾ ਹਾਂਜੀ ਅਤੇ ਸਭ ਤੋਂ ਪਹਿਲੇ ਕੀ ਕਰੋਗੇ ਜਾ ਕੇ ਤੁਸੀਂ ਕਰਨਾ ਕੀ ਹੈ ਜੀ ਉੱਥੇ ਜਾ ਕੇ ਚਾਚੇ ਭਰਾਵਾਂ ਨੂੰ ਮਿਲਣਾ ਚਾਚਿਆਂ ਦੇ ਮੁੰਡਿਆਂ ਨੂੰ ਮਿਲਣਾ ਹੋਰ ਭਰਾਵਾਂ ਦੇ ਮੁੰਡੇ ਨੂੰ ਮਿਲਣਾ ਚਾਚਿਆਂ ਦੇ ਮੁੰਡੇ ਜਿਹੜੇ ਉਹਦੇ ਮੁੰਡਿਆਂ ਨੂੰ ਮਿਲਣਾ ਹੋਰ ਉੱਥੇ ਜਾ ਕੇ ਕੀ ਕਰਨਾ ਹੁਣ ਤੁਹਾਡੇ ਕਿੰਨੇ ਬੱਚੇ ਨੇ ਇੱਥੇ ਇੱਥੇ ਪੰਜ ਬੱਚੇ ਨੇ ਪੰਜ ਬੱਚੇ ਨੇ ਕੀ ਕਰਦੇ ਨੇ ਬੱਚੇ ਬੱਚਿਆਂ ਪਰ ਕਾਰੋਬਾਰ ਲੱਗੇ ਦੇ ਨੇ ਕੋਈ ਸ਼ੀਲਿੰਗ ਦਾ ਕਰਦਾ ਕੋਈ ਪਲਾਸਟਿਕ ਦਾ ਕਰਦਾ ਮਜ਼ਦੂਰੀ ਕਰਦੇ ਪਏ ਨੇ ਠੀਕ ਮਜ਼ਦੂਰੀ ਕਰ ਰਹੇ ਨੇ ਉੱਥੇ ਹਾਂਜੀ ਦੇਖੋ ਜੀ ਮੈਨੂੰ ਇਹਨਾਂ ਦਾ ਨਾਮ ਜਿਹੜਾ ਕਾਫੀ ਮੁਸ਼ਕਿਲ ਜਿਹਾ ਮੇਰੇ ਲਈ ਅਤੇ ਜੁੰਮਨ ਨਾਮ ਹੈ ਇਹਨਾਂ ਦਾ ਕਿਉਂਕਿ ਤੁਹਾਨੂੰ ਪਤਾ ਕਿ ਸੈਂਟਰਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਮ ਨਹੀਂ ਹੁੰਦੇ ਸਾਡੇ ਖਾਸ ਕਰਕੇ ਕਿਉਂਕਿ ਮੈਂ ਨੇਟਿਵਲੀ ਇਸ ਇਲਾਕੇ ਦਾ ਰਹਿਣ ਵਾਲਾ ਹਾਂ ਨਾਰੋਵਾਲ ਦਾ ਤਾਂ ਸੋ ਸਾਡੇ ਏਰੀਏ ਦੇ ਵਿੱਚ ਤਾਂ ਸਾਡੇ ਲਈ ਤਾਂ ਬਹੁਤ ਹੀ ਨਾਯਾਬ ਕਿਸਮ ਦਾ ਨਾਮ ਹੈ ਯਾਨੀ ਕਿ ਜੁੰਮਨ ਇਹਨਾਂ ਦਾ ਨਾਮ ਜੁੰਮਨ ਹੈ ਤੇ ਨਾਮ ਤੁਹਾਡਾ ਉੱਥੇ ਹੀ ਰੱਖਿਆ ਸੀ ਇੱਥੇ ਆ ਕੇ ਰੱਖਿਆ ਲੈ ਜੁੰਮਨ ਉੱਥੇ ਰੱਖਿਆ ਸਕੂਲੇ ਪੜ੍ਹਦੇ ਸੀ ਉਦੋਂ ਨਾ ਸਕੂਲੇ ਨਹੀਂ ਸੀ ਪੜ੍ਹਦੇ ਸਕੂਲੇ ਨਹੀਂ ਸੀ ਪੜ੍ਹਦੇ ਨਹੀਂ ਸਕੂਲ ਸਾਡੇ ਤੋਂ ਬੜੀ ਦੂਰ ਸੀ ਉੱਥੇ ਕਿੱਥੇ ਜਾਇਆ ਜਾਂਦਾ ਸੀ ਇਹ ਜੀ ਗੁੜਗਾਵਾਂ ਤੋਂ ਨੇ ਗੁੜਗਾਵਾਂ ਤੋਂ ਮੈਂ ਤੁਹਾਨੂੰ ਇੱਕ ਬਾਬਾ ਜੀ ਦੀ ਗੱਲ ਕਰਾਈ ਸੀ ਚੱਕ 87 ਹਰੀ ਸਿੰਘ ਵਾਲਾ ਫੈਸਲਾਬਾਦ ਦੇ ਕੋਲੋਂ ਅਤੇ ਉਹ ਵੀ ਗੁੜਗਾਵਾਂ ਤੋਂ ਆਏ ਸਨ ਅਤੇ ਕਾਫੀ ਲੋਕਾਂ ਨੇ ਉੱਥੇ ਦੇ MLA ਨੇ ਉਹਨਾਂ ਨੇ ਮੇਰੇ ਯੂਟਿਊਬ ਚੈਨਲ ਦੇ ਉੱਤੇ ਪਾਇਆ ਸੀ ਕਿ ਇਹ ਇਹਨਾਂ ਨੂੰ ਤੁਸੀਂ ਲੈ ਕੇ ਆਓ ਅਤੇ ਵੀਜ਼ੇ ਦਾ ਪ੍ਰਬੰਧ ਮੈਂ ਕਰਨਾ ਵਾਂ ਅਤੇ ਫਿਰ ਮੈਂ ਕਹਾਂਗਾ ਕਿ ਵੀਜ਼ਾ ਪੋਲਿਸੀਜ਼ ਜਿਸ ਤਰ੍ਹਾਂ ਕਿ ਸਟ੍ਰਿਕਟ ਨੇ ਉਹਦੇ ਵਿੱਚ ਥੋੜ੍ਹੀ ਜਿਹੀ ਨਰਮੀ ਕੀਤੀ ਜਾਵੇ ਔਰ ਬਾਬਾ ਜੁੰਮਨ ਜਿਹੜੇ ਨੇ ਉਹ ਗੁੜਗਾਵਾਂ ਦੇ ਵਿੱਚ ਆਪਣਾ ਪਿੰਡ ਜਿਹੜਾ ਉਹ ਵੇਖਣਾ ਚਾਹੁੰਦੇ ਨੇ ਅਤੇ ਜੇ ਅਗਰ ਗੁੜਗਾਵਾਂ ਤੋਂ ਕੋਈ ਬੰਦਾ ਐਸਾ ਜਿਸ ਤਰ੍ਹਾਂ ਕਿ ਉਹਨਾਂ ਨੂੰ ਪਹਿਲੇ ਰਾਬਤਾ ਕੀਤਾ ਸੀ ਔਰ ਮੈਸੇਜ ਪਾਇਆ ਸੀ ਮੇਰੇ ਔਨਲਾਈਨ ਤਾਂ ਜ਼ਰੂਰ ਮੈਸੇਜ ਪਾਉਣਾ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕਵਰੇਜ ਵਾਸਤੇ ਆਏ ਸੀ ਅੱਜ ਅਤੇ ਫਿਰ ਆਉਂਦੇ ਵੀ ਰਹਾਂਗੇ ਅਤੇ ਅਗਰ ਜੇ ਇਹਨਾਂ ਬਾਰੇ ਕੋਈ ਪੁੱਛ ਦੱਸ ਹੋਈ ਤਾਂ ਮੈਨੂੰ ਜ਼ਰੂਰ ਦੱਸਣਾ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਸੀ ਖੋਰੇ ਸੱਚ ਸੰਤਾਲੀ ਦੇ ਬਿਟਰ ਟਰੁੱਥਸ ਆਫ 1947